ਸਿਰ ਉੱਤੋਂ ਲੰਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਲਿਸਨਿੰਗ ਯਾਰ ਦੀਆਂ ਬਸ ਉਹੀ ਹਿਸਾਬ ਤੁੱਕਾ ਮਾਰ ਕੇ ਤਾਂ ਮੈਂ ਭਾਵੇਂ ਏ ਲਾ ਦਾ ਬੀ ਲਾ ਦਾ ਏ ਲਾ ਦਾ ਜੋ ਮਰਜ਼ੀ ਲਾ ਦਾ ਐਵੇਂ ਨਹੀਂ ਪੜੀਦਾ ਵਟ ਸ਼ੁੱਡ ਬੀ ਫਸਟਲੀ ਇਨਕਲੂਡਿਡ ਰਿਫਲੈਕਟਿਵ ਜਰਨਲ ਤੇ ਸਭ ਤੋਂ ਵੱਡਾ ਕੀਵਰਡ ਹੈ ਰਿਫਲੈਕਟਿਵ ਜਰਨਲ ਦੀ ਜਦੋਂ ਗੱਲ ਹੋਊਗੀ ਸਮਰ ਹੋਲੀਡੇ ਟਾਈਮ ਮੈਨੇ ਐਜ਼ ਅ ਵੇਟਰ ਕੰਮ ਕੀਤਾ ਸੀ ਰੈਸਟੋਰੈਂਟ ਦੇ ਵਿੱਚ ਪਰ ਇਹ ਅਚੀਵਮੈਂਟ ਨਹੀਂ ਉਹਨੇ ਕੰਮ ਕਰਿਆ ਸੀ ਅਚੀਵਮੈਂਟ ਕੀ ਹੈ ਇਫ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਨਵਾਂ ਵੀਡੀਓ ਆਈਐਲਸ ਲਿਸਨਿੰਗ ਦਾ ਐਮ ਸੀ ਕਿਊ ਪਲੱਸ ਟੂ ਵਾਲੇ ਤਾਂ ਕਰ ਲੈਂਦੇ ਆ ਵਿਚਾਰੇ ਜਿਹੜੇ ਹੋਮ ਮੇਕਰ ਨੇ ਵਿਚਾਰੀਆਂ ਘਰ ਬੈਠੀਆਂ ਜਿਹੜੀਆਂ ਵਾਈਫਸ ਨੇਗੀਆਂ ਜਾਂ ਜਿਨ੍ਹਾਂ ਨੇ ਪੜ੍ਹਾਈ ਛੱਡੇ ਨੂੰ ਬਹੁਤ ਟਾਈਮ ਹੋ ਗਿਆ ਜਾਂ ਮੇਰੇ ਖਾਸ ਮਿੱਤਰ ਜਿਹੜੇ ਟਰਾਲੀ ਵਾਲੇ ਮੇਰੇ ਯਾਰ ਨੇ ਉਹ ਸਾਰੇ ਮੇਰੇ ਸੱਜਣ ਮਿੱਤਰ ਵਿਚਾਰੇ ਉਹਨਾਂ ਲਈ ਤਾਂ ਸਿੱਧੂ ਬਾਈ ਦਾ ਉਹ ਗਾਣਾ ਨਹੀਂ ਹੈਗਾ ਵੀ ਸਿਰ ਉੱਤੋਂ ਲੰਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਲਿਸਨਿੰਗ ਯਾਰ ਦੀਆਂ ਬਸ ਉਹੀ ਹਿਸਾਬ ਹੋ ਜਾਂਦਾ ਹੈਗਾ ਪਰ ਇਹਦਾ ਕਨਸੈਪਟ ਇਹ ਆ ਕਿ ਮੈਂ ਤੁਹਾਨੂੰ ਇਹ ਸਮਝਾਊਂਗਾ ਕਿ ਲਿਸਨਿੰਗ ਕਰਨੀ ਕਿਵੇਂ ਆ ਅਸੀਂ ਕਿਹੜੀਆਂ ਗਲਤੀਆਂ ਕਰਦੇ ਹਾਂ ਅਤੇ ਸਭ ਤੋਂ ਵਧੀਆ ਗੱਲ ਇਹ ਆ ਕਿ ਤੁੱਕੇ ਮਾਰਨ ਦੀ ਲੋੜ ਨਹੀਂ ਮੈਂ ਐਕੂਰੇਟ ਕਰਾਊਂਗਾ ਜੇ ਸਮਝ ਆਇਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਨਾ ਸਮਝ ਆਇਆ ਫਿਰ ਵੀ ਕਰ ਲਿਓ ਚਲੋ ਕੋਈ ਨਾ ਹੈ ਨਾ ਅਗਲੀ ਵੀਡੀਓ ਸਮਝ ਆ ਜਾਊਗਾ ਤੁਹਾਡੀ ਗਲਤੀ ਹੋਣੀ ਜੇ ਤੁਹਾਨੂੰ ਸਮਝ ਨਹੀਂ ਆਇਆ ਅਤੇ ਮੈਂ ਇਹਨੂੰ ਆਡੀਓ ਨੂੰ ਨਾ ਬਸ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਆਡੀਓ ਵਧੀਆ ਸਮਝ ਆਵੇ ਤੇ ਬਾਕੀ ਦੇਖ ਰਹੇ ਹਾਂਗੇ ਠੀਕ ਹੈ ਇਹਦੀ ਆਵਾਜ਼ ਚੱਕ ਦੀ ਹੈ ਆਪਾਂ ਲਿਸਨਿੰਗ ਪਲੇ ਲੱਗਿਆ ਮਿੱਤਰ ਪਿਆਰੇ ਹੋ ਆਜੋ ਦੇਖੋ ਮੇਰੇ ਕੋਲ ਸਭ ਤੋਂ ਪਹਿਲਾਂ 6 ਕੁਐਸਚਨਸ ਹੋਣਗੇ ਲਾਈਕ ਦਿਸ ਤੇ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਸਮਝਾਉਣ ਲੱਗੀ ਹਾਂ ਕਿ ਵਟ ਵੀ ਐਕਚੁਅਲੀ ਨੀਡ ਇਸ ਜੋ ਮਰਜ਼ੀ ਲਾਦਾ ਐਵੇਂ ਨਹੀਂ ਪੜੀਦਾ ਐਂਸਰ ਨੂੰ ਪੜਨ ਦੇ ਲਈ ਜੇ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਹੈ ਨਾ ਕਿ ਸਰ ਪਹਿਲੇ ਕੁਐਸਚਨ ਤੇ ਬੈਠੇ ਹੁੰਦੇ ਆ ਉਹ ਤਾਂ 6ਵਾਂ ਕਰਕੇ ਵੀ ਵਿਹਲਾ ਹੋ ਕੇ ਵਗ ਜਾਂਦਾ ਤੇ ਸਾਨੂੰ ਪਤਾ ਨਹੀਂ ਲੱਗਦਾ ਮੈਂ ਤੁਹਾਨੂੰ ਦੱਸਦਾ ਕਿ ਆਪਣੇ 'ਚ ਕਿਹੜੀਆਂ ਕਮੀਆਂ ਨੇ ਤੇ ਡੈਫੀਨੇਟਲੀ ਮੈਂ ਤੁਹਾਨੂੰ ਇਹ ਦੱਸੂੰਗਾ ਕਿ ਸਾਰੀਆਂ ਦਾ ਸਲਿਊਸ਼ਨ ਕੀ ਹੈਗਾ ਠੀਕ ਆ ਇਹ ਆ ਜਾਓ ਮੇਰੇ ਨਾਲ ਕੁਐਸਚਨ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ 30 ਸੈਕਿੰਡ ਮਿਲਦੇ ਆ ਉਹ ਮਿਲਦੇ ਆ ਵਟ ਸ਼ੁੱਡ ਬੀ ਫਸਟਲੀ ਇਨਕਲੂਡਿਡ ਰਿਫਲੈਕਟਿਵ ਜਰਨਲ ਤੇ ਸਭ ਤੋਂ ਵੱਡਾ ਕੀਵਰਡ ਹੈ ਰਿਫਲੈਕਟਿਵ ਜਰਨਲ ਦੀ ਜਦੋਂ ਗੱਲ ਹੋਊਗੀ ਉਹ ਕਹਿੰਦਾ ਸਭ ਤੋਂ ਪਹਿਲਾਂ ਕਿਹੜੀ ਚੀਜ਼ ਨੂੰ ਇਨਕਲੂਡ ਕਰੀਏ ਦੂਜਾ ਜਿਹੜੀ ਵੂਮਨ ਹੈ ਉਹਦੇ ਕੋਲ ਕਿਹੜੀ ਚੀਜ਼ ਹੈ ਉਹਦੇ ਕੋਲ ਕੀ ਆ ਮੈਨ ਦਾ ਬਿਗੈਸਟ ਅਚੀਵਮੈਂਟ ਕੀ ਆ ਮੈਨ ਨੇ ਡਿਸਾਈਡ ਕੀ ਕੀਤਾ ਮੈਨ ਦਾ ਐਟੀਟਿਊਡ ਆਫਟਰ ਡਿਸਕਸ਼ਨ ਕਿਵੇਂ ਦਾ ਹੋਇਆ ਜਾਂ ਮੈਨ ਨੇ ਰਿਫਲੈਕਟਿਵ ਕੀਤਾ ਜਰਨਲ ਨੂੰ ਕੀ ਸ਼ੋਅ ਹੋਇਆ ਮਤਲਬ ਜੋ ਮਰਜ਼ੀ ਹੁਣ ਮੇਨ ਚੀਜ਼ ਪਤਾ ਕੀ ਆ ਮੈਨੂੰ ਪਤਾ ਲੱਗਿਆ ਕਿ ਜਦੋਂ ਰਿਫਲੈਕਟਿਵ ਜਰਨਲ ਦੀ ਗੱਲ ਹੋਗੀ ਮੇਰਾ ਪਹਿਲਾ ਕੁਐਸਚਨ ਹੈ ਕਿਤੇ ਮੈਂ ਪਹਿਲੇ ਤੇ ਬੈਠਾ ਹੋਵਾਂ ਤੇ ਵੂਮਨ ਦੀਆਂ ਗੱਲਾਂ ਛੱਡਪਣ ਦਾ ਮੇਰਾ ਦੂਜਾ ਜੇ ਕਿਤੇ ਉਹਦੀ ਬਿਗੈਸਟ ਅਚੀਵਮੈਂਟ ਤਾਂ ਤੀਜਾ ਉਹਨੇ ਡਿਸਾਈਡ ਕਰ ਲਿਆ ਚੌਥਾ ਉਹਦਾ ਡਿਸਕਸ਼ਨ ਤੋਂ ਬਾਅਦ ਐਟੀਟਿਊਡ ਹੋ ਗਿਆ ਪੰਜਵਾਂ ਮਤਲਬ ਇਹ ਉਦੋਂ ਕੰਮ ਆਉਣਗੇ ਤੁਹਾਡੇ ਕਿ ਜਦੋਂ ਤੁਹਾਡਾ ਕੁਐਸਚਨ ਸਕਿੱਪ ਹੋ ਗਿਆ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਚਲੋ ਸ਼ੁਰੂ ਕਰਦੇ ਹਾਂ ਲਿਸਨਿੰਗ ਦੇਖਦੇ ਹਾਂ ਕਿ ਕੁਐਸਚਨ ਨਾਲ ਸਬਟਾਈਟਲ ਦੇ ਦੂੰਗਾ ਥੋੜ੍ਹੇ
ਤਾਂ ਕਿ ਮੇਰੇ ਸਟੂਡੈਂਟ ਤੁਹਾਨੂੰ ਪਤਾ ਲੱਗੇ ਵੀ ਰਮਨ ਪੜ੍ਹਾਉਂਦਾ ਕਿਵੇਂ ਆ, ਖਿੱਚ ਕੇ ਮੜਾ ਜਾ ਹੈ। ਚਲੋ ਹੁਣ ਕਰੀਏ। Professor Tomlinson, may Annie and I please quickly ask you a few questions about the reflective journal assignment? ਮੈਂ ਤੇਰੇ ਤੋਂ ਕੁਝ ਰਿਫਲੈਕਟਿਵ ਜਰਨਲ ਅਸਾਈਨਮੈਂਟ ਦੇ ਕੁਐਸਚਨ ਪੁੱਛ ਲਾਂ। It's just that we're a bit confused as to what you want us to include and discuss. ਮਤਲਬ ਤੂੰ ਕਿਹੜੀ ਚੀਜ਼ ਨੂੰ ਇਨਕਲੂਡ ਕਰਨਾ ਚਾਹੁੰਦੇ ਹੈਗਾ ਰਿਫਲੈਕਟਿਵ ਜਰਨਲ ਦੀ? ਪਹਿਲੀ ਟੌਕ ਹੈ, ਹੁਣ ਆਪਣੇ ਕੋਲ ਤਿੰਨ ਆਪਸ਼ਨ ਨੇ। ਟੌਪਿਕ ਹੀ ਇਜ਼ ਗੋਇੰਗ ਟੂ ਟਾਕ ਅਬਾਊਟ, ਜਾਂ ਤਾਂ ਇਹ ਹੈ, ਜਾਂ ਸਟੱਡੀ ਦਾ ਕੋਈ ਏਮ ਹੋਵੇ ਮੋਡਿਊਲ ਨੂੰ ਲੈ ਕੇ ਇਹ ਹੈ, ਜਾਂ ਕੋਈ ਸੁਜੈਸ਼ਨ ਅਦਰਸ ਲਈ ਹੈ। ਇਹਨਾਂ ਤਿੰਨਾਂ ਚੋਂ ਆਨਸਰ ਹੈ, ਲੱਭ ਕੇ ਦੇਖਦੇ ਹਾਂ। Yes, of course. What are you having trouble with? ਤੂੰ ਕਿਹੜੀ ਚੀਜ਼ ਨੂੰ ਟ੍ਰਬਲ ਕਰ ਰਿਹਾ ਹੈ? Well, everything really. To start with, what should be included first in the ਪਹਿਲੀ ਵਾਰ ਫਸਟਲੀ ਕਿਹੜੀ ਚੀਜ਼ ਨੂੰ ਇਨਕਲੂਡ ਕਰਨਾ ਤਿੰਨਾਂ ਚੋਂ ਦੱਸੋ। Reflective journal. Perhaps suggestions from others? Perhaps suggestion from mother. ਨਾਲ ਦੀ ਨਾਲ ਮੇਰੇ ਵਰਗੇ ਨੂੰ ਪਤਾ ਕੀ ਲੱਗਾ, suggestion from mother answer ਆ ਗਿਆ ਸੀ। ਪਰ ਆਪਾਂ ਪ੍ਰੋਫੈਸਰ ਦੀ ਤਾਂ ਸੁਣ ਲਿਓ ਕੀ ਕਹਿਣਾ ਚਾਹੁੰਦੇ ਹੈਗਾ। ਸੀ ਨਹੀਂ ਹੈਗਾ। No, no. No, no. No, 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 ਮਤਲਬ ਕੀ ਹੋ ਗਿਆ, ਇੱਕ ਕਾਲੇ ਆ ਤਾਂ ਨਹੀਂ ਆਉਂਦਾ, ਹੁਣ A ਤੇ B ਰਹਿ ਗਿਆ। Firstly, you should include the study goals you set. ਪਹਿਲੀ ਵਾਰ ਤੈਨੂੰ ਕੀ ਇਨਕਲੂਡ ਕਰਨਾ ਚਾਹੀਦਾ? ਸਟੱਡੀ ਦੇ ਗੋਲ, ਉਹਦੇ ਗੋਲ ਹੈ, ਉਹਦੇ ਸਟੱਡੀ ਦਾ ਏਮ ਹੈ। ਇਹ ਹੋਰ ਕੀ ਚੀਜ਼ ਹੈ, ਕੋਈ ਮੋਡਿਊਲ ਹੈ? Yourself at the beginning of the module. 100% ਮੇਰਾ ਆਨਸਰ ਪਹਿਲਾਂ ਆ ਗਿਆ, B 100% ਸ਼ੋਰ ਹੈ, ਕਿਉਂਕਿ ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਉਹਨੇ ਕੀ ਕੀਤਾ, ਸੁਜੈਸ਼ਨ ਫਰੋਮ ਅਦਰ ਤਾਂ ਬੋਲਤਾ, ਪਰ ਨਹੀਂ ਉਹ ਕਹਿੰਦਾ ਨੋ 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 ਦਾ ਮਤਲਬ ਹੈ ਡਾਰਲਿੰਗ ਜੀ ਕਿ ਤੇਰੇ ਸਟੱਡੀ ਦੇ ਗੋਲ ਕੀ ਨੇ, ਗੋਲ ਦਾ ਮਤਲਬ ਏਮ ਹੈ, ਤਾਂ ਐਕੂਰੇਟ ਆਨਸਰ ਹੈ ਜਿਹੜਾ, ਦੈਟ ਇਜ਼ ਕਾਲਡ ਪੀ। ਹੁਣ ਨਾਲ ਦੀ ਨਾਲ ਵੂਮਨ ਹੈ ਜਿਹੜੀ, ਉਹਦੇ ਕੋਲ ਕੀ ਚੀਜ਼ ਆ? ਆਪਾਂ ਦੇਖੀਏ ਤਿੰਨ ਚੀਜ਼ਾਂ ਨੇਗੀਆਂ, ਤਿੰਨ ਦੇ ਵਿੱਚੋਂ ਪਹਿਲਾਂ ਕਲੀਅਰ ਹੈ ਬੀ ਆ ਗਿਆ। ਲੋਟ ਆਫ ਅ ਫਰੈਂਡ ਟੂ ਹੈਲਪਰ, ਉਹਦੇ ਬਹੁਤ ਜ਼ਿਆਦਾ ਦੋਸਤ ਨੇ ਉਹਦੀ ਮਦਦ ਕਰਨ ਦੇ ਲਈ, ਜਾਂ ਸੈਵਰਲ ਬੁੱਕਸ ਨੇ ਜਿਹੜੀਆਂ ਉਹਦੇ ਲਈ ਯੂਜ਼ਫੁਲ ਨੇ, ਜਾਂ ਉਹਦੇ ਕੋਲ ਸਫੀਸ਼ੀਐਂਟ ਰਿਸੋਰਸਿਸ ਹੈਗੇ ਨੇ ਕਿ ਉਹਦਾ, ਸ਼ੀ ਇਜ਼ ਗੁੱਡ ਟੈਕਨੋਲੋਜੀ ਯੂਜ਼ਰ, ਇਹ ਤਿੰਨਾਂ ਚੋਂ ਕਿਹੜੀ ਚੀਜ਼ ਹੈ ਉਹਦੇ ਕੋਲੇ? This section should have been discussed in some detail towards the beginning of the course by Professor May. You should be able to find her suggestions on the slides she has provided the class online. Okay. Okay, thank you, Professor. Could I also trouble you to take a brief look at my bibliography and footnotes? I feel like they're missing something. Most of our friends' bibliographies are longer. ਮੇਰੇ ਕੁਝ ਬਿਬਲੀਓਗ੍ਰਾਫੀ ਫਰੈਂਡ ਜਿਹੜੇ ਉਹ ਲੌਂਗਰ ਨੇਗੇ, ਪਰ ਉਹਨੇ ਹੈਲਪ ਹੁਲਪ ਦੀ ਗੱਲ ਨਹੀਂ ਹੈਗੀ, ਫਰੈਂਡ ਦੀ ਗੱਲ ਕਰਦੀ, ਇੱਕ ਅੱਖਰ ਨਾਲ ਆਨਸਰ ਨਹੀਂ ਆਉਂਦਾ। ਵੈਲ, ਲੁਕਿੰਗ ਐਟ ਦਿਸ ਐਨੀ, ਲੁਕਿੰਗ ਐਟ ਦਿਸ ਐਨੀ, ਇਹਨੂੰ ਦੇਖ ਕੇ ਆਈ ਕੈਨ ਸੀ ਦੈਟ ਯੂ ਹੈਵ ਯੂਜ਼ਡ ਅ ਵਾਈਡ ਰੇਂਜ ਆਫ ਰਿਸੋਰਸਿਸ ਵਿਚ ਬਹੁਤ ਜ਼ਿਆਦਾ ਰਿਸੋਰਸਿਸ ਯੂਜ਼ ਕੀਤੇ ਨੇ, ਸ਼ੋਸ ਦੈਟ ਯੂ ਹੈਵ ਮੇਡ ਇਫੈਕਟਿਵ ਯੂਜ਼ ਆਫ ਕਮਿਊਨੀਕੇਸ਼ਨ ਟੈਕਨੋਲੋਜੀ। ਸਭ ਤੋਂ ਜ਼ਿਆਦਾ ਕਮਾਂਡ ਕਮਿਊਨੀਕੇਸ਼ਨ ਟੈਕਨੋਲੋਜੀ 'ਚ ਹੈ, ਵਾਈਡ ਰੇਂਜ ਦੇ ਮਤਲਬ ਕਿ ਸਫੀਸ਼ੀਐਂਟ ਰਿਸੋਰਸਿਸ ਦੇ ਨੇ ਵਰਤਿਆ, ਅਤੇ ਤੂੰ ਗੁੱਡ ਟੈਕਨੋਲੋਜੀ ਯੂਜ਼ ਰਿਹਾ ਜਿਹੜਾ ਕਮਿਊਨੀਕੇਸ਼ਨ ਹੈ, ਆਂਸਰ ਆ ਗਿਆ ਸੀ। ਬਸ ਸਾਨੂੰ ਕਨਫਿਊਜ਼ ਕਰਨ ਦੇ ਰਹੀ ਆ, ਫਰੈਂਡ ਫਰੁੰਡ ਕਹਿਤਾ। ਅਤੇ ਹੁਣ ਸਭ ਤੋਂ ਕਮਾਲ ਦੀ ਗੱਲ ਪਤਾ ਕੀ ਆ, ਹੁਣ ਥਰਡ ਆਂਸਰ ਮੈਨੂੰ ਕਿਵੇਂ ਪਤਾ ਲੱਗੂ? ਮੇਰਾ ਸ਼ੁਰੂ ਹੋ ਗਿਆ, ਜਦੋਂ ਕੋਈ ਬਿਗੈਸਟ ਅਚੀਵਮੈਂਟ ਦੀ ਗੱਲ ਕਰਨਗੇ ਉਹ ਤੋਂ ਪਹਿਲਾਂ ਜੋ ਮਰਜ਼ੀ ਬੋਲੀ ਜਾਣ, ਮੇਰਾ ਕੋਈ ਮਤਲਬ ਨਹੀਂ ਆਂਸਰ ਨਾਲ। ਹੁਣ ਦੇਖਿਓ, ਬਿਗੈਸਟ ਅਚੀਵਮੈਂਟ ਆਊਗਾ, ਤੁਹਾਨੂੰ ਪਤਾ ਲੱਗੂਗਾ ਕਿ ਆਂਸਰ ਸ਼ੁਰੂ ਹੋ ਗਿਆ। As far as I can tell, you need not make any changes to this, although you might want to double check that your referencing complies with the Harvard referencing style regulations. Oh, I'm very surprised you've said that.
ਥੈਂਕ ਯੂ ਨਾ ਬਸ ਉਹਨੇ ਤਾਰੀਫ ਕਰਤੀ ਵੀ ਕਹਿੰਦੀ ਮੈਂ ਸਰਪ੍ਰਾਈਜ਼ ਹੋਈ ਤੈਨੇ ਮੇਰੀ ਟੈਕਨੋਲੋਜੀ ਵਾਲੀ ਗੱਲ ਨੂੰ ਦੇਖਿਆ ਹੁਣ ਮੈਨੂੰ ਬਿਗੈਸਟ ਅਚੀਵਮੈਂਟ ਚਾਹੀਦੀ ਆ Oh, I can set my mind at ease. Tom, you said you wanted to ask the professor about the achievement section. Very nice, Manish Sharma. ਕਿੰਨਾ ਵਧੀਆ ਸਿਖਾਉਂਦਾ ਹੈਗਾ ਨਾ ਆ ਦੇਖੋ ਹੁਣ ਆਪਾਂ ਨੂੰ ਇਹ ਪਤਾ ਲੱਗਿਆ ਕਿ ਤੇਰਾ ਅਚੀਵਮੈਂਟ ਵਾਲਾ ਸੈਕਸ਼ਨ ਕਿਹੜਾ ਹੈਗਾ ਆ ਜਾਓ ਇਹਦੇ 'ਚ ਕੀ ਚੀਜ਼ਾਂ ਨੇਗੀਆਂ ਸਭ ਤੋਂ ਪਹਿਲਾਂ ਉਹਨੇ ਵਰਕ ਕੀਤਾ ਐਜ਼ ਅ ਵੇਟਰ ਰੈਸਟੋਰੈਂਟ ਦੇ ਵਿੱਚ ਮੈਨ ਦੀ ਸਭ ਤੋਂ ਵੱਡੀ ਅਚੀਵਮੈਂਟ ਕੀ ਹੈ ਠੀਕ ਹੈ ਉਹਨੇ ਐਜ਼ ਅ ਵੇਟਰ ਰੈਸਟੋਰੈਂਟ 'ਚ ਕੰਮ ਕੀਤਾ ਹੀ ਗੋਟ ਐਨ ਆਫਰ ਟੂ ਅ ਲੀਡ ਅ ਟੀਮ ਉਹਨੂੰ ਕੋਈ ਆਫਰ ਮਿਲਿਆ ਹੋਵੇ ਟੀਮ ਨੂੰ ਲੀਡ ਕਰਨ ਦਾ ਹੀ ਬਿਕੇਮ ਦਾ ਚੇਅਰਮੈਨ ਆਫ ਸਟੂਡੈਂਟ ਯੂਨੀਅਨ ਆ ਤਿੰਨਾਂ ਦੇ ਵਿੱਚੋਂ ਉਹਦੀ ਸਭ ਤੋਂ ਵੱਡੀ ਅਚੀਵਮੈਂਟ ਕਿਹੜੀ ਆ Ah, yes, Professor. In the assignment guidelines, we're asked to introduce and elaborate on our biggest achievement in the past. Asked, saying which skills we learned in the process and how these skills can be transferred to various different future careers. The only problem is that I don't know what my greatest achievement actually is. I've only ever worked as a waiter in a hotel restaurant. As a waiter kam kita restaurant ch he worked as a waiter in a restaurant par odi biggest achievement hegi a agge sunde ha bade nu lagu eh ik var sun lo during the summer holidays from university summer holiday time inne as a waiter kam kita si restaurant de vich par eh achievement ni ohne kam kareya si achievement ki hai if you worked as a waiter in a hotel restaurant you're bound to have worked with other waiters as part of a team ਤੈਨੇ ਦੂਜੇ ਵੇਟਰਸ ਦੇ ਨਾਲ ਐਜ਼ ਅ ਟੀਮ ਕੰਮ ਕੀਤਾ ਵੁੱਡ ਯੂ ਸੇ ਦੈਟ ਡਿਊਰਿੰਗ ਯੋਰ ਟਾਈਮ ਐਜ਼ ਅ ਵੇਟਰ ਯੂ ਡਿਵੈਲਪਡ ਐਨੀ ਲੀਡਰਸ਼ਿਪ ਸਕਿਲਸ ਵੇਟਰ ਸੀ ਕੀ ਤੂੰ ਲੀਡਰਸ਼ਿਪ ਸਕਿਲ ਕੋਈ ਡਿਵੈਲਪ ਕੀਤਾ ਯੈਸ ਵੈਲ ਆਈ ਸੁਪੋਜ਼ ਆਈ ਵਾਸ ਆਸਕਡ ਟੂ ਬਿਕਮ ਦ ਟੀਮ ਲੀਡਰ ਆਫ ਦ ਉਹ ਕਹਿੰਦਾ ਆਈ ਸੁਪੋਜ਼ ਮੈਨੂੰ ਆਸਕ ਕੀਤਾ ਗਿਆ ਸੀ ਟੀਮ ਲੀਡਰ ਬਣਨ ਦੇ ਲਈ ਮੈਨੂੰ ਆਫਰ ਮਿਲਿਆ ਸੀਗਾ ਟੀਮ ਨੂੰ ਲੀਡ ਕਰਨ ਦੇ ਲਈ ਜਦੋਂ ਆਸਕ ਦਾ ਮਤਲਬ ਹੁੰਦਾ ਨਾ ਪੁੱਛਣਾ ਜਾਂ ਮੰਗਣਾ ਇਹਦਾ ਮਤਲਬ ਕੀ ਹੋ ਗਿਆ ਕਿ ਮੈਨੂੰ ਆਫਰ ਮਿਲਿਆ ਸੀਗਾ ਐਜ਼ ਅ ਟੀਮ ਲੀਡਰ ਬਣਨ ਦੇ ਲਈ ਤੇ ਸਭ ਤੋਂ ਵਧੀਆ ਗੱਲ ਕੀ ਹੈ ਬਹੁਤ ਸਾਰੇ ਬੱਚੇ ਇਹ ਆਨਸਰ ਲਾ ਦੇਣਗੇ ਜਿਹੜਾ ਲਿਸਨਿੰਗ 'ਚ ਦਿਖਦਾ ਅਸਲ ਦੇ ਵਿੱਚ ਉਹ ਹੁੰਦਾ ਨਹੀਂ ਹੈਗਾ ਸਭ ਤੋਂ ਕਮਾਲ ਦੀ ਗੱਲ ਇਹ ਹੈ ਹੁਣ ਦੇਖ ਲਓ ਫੂਡ ਐਂਡ ਬੇਵਰੇਜ ਡਿਪਾਰਟਮੈਂਟ ਬਟ ਦੈਟਸ ਹਾਰਡਲੀ ਐਨ ਅਚੀਵਮੈਂਟ ਬਟ ਇੱਕ ਹਾਰਡਲੀ ਅਚੀਵਮੈਂਟ ਹੈ ਨਾ ਸੀ ਇਹ ਦੇਖਣ 'ਚ ਵੀ ਅਚੀਵਮੈਂਟ ਕਿਹੜੀ ਹੈ ਤਾਂ ਉਹਨੂੰ ਇੱਕ ਆਫਰ ਮਿਲਿਆ ਸੀਗਾ ਉਹ ਉਹਦੀ ਅਚੀਵਮੈਂਟ ਆ ਹੁਣ ਮੈਨ ਨੇ ਕੀ ਡਿਸਾਈਡ ਕੀਤਾ ਹੈਗਾ ਡੂ ਇਟ ਬਾਈ ਹਿਮਸੈਲਫ ਆਪਣੇ ਆਪ ਕਰੂਗਾ ਫਾਈਂਡ ਅ ਟਿਊਟਰ ਲੱਭੂਗਾ ਜਾਂ ਦੂਜੇ ਲੋਕਾਂ ਨੂੰ ਸੁਣਨਾ ਸ਼ੁਰੂ ਕਰੂਗਾ ਯੂ ਮਾਈਟ ਨਾਟ ਥਿੰਕ ਸੋ ਬਟ ਇਫ ਯੂ ਰਾਈਟ ਦੈਟ ਯੂ ਵਰ ਆਫਰਡ ਦ ਪੋਜੀਸ਼ਨ ਆਫ ਦ ਟੀਮ ਲੀਡਰ ਇਟ ਸ਼ੋਜ਼ ਅ ਲੋਟ ਮੋਰ ਅਬਾਊਟ ਯੋਰ ਕੈਰੈਕਟਰ ਫਾਰ ਐਗਜ਼ਾਮਪਲ ਦੈਟ ਯੂ ਆਰ ਕੈਰਿਸਮੈਟਿਕ ਐਂਡ ਵਰਕ ਵੈਲ ਇਨ ਅ ਹਾਈ ਪ੍ਰੈਸ਼ਰ ਸਿਚੁਏਸ਼ਨ ਮਤਲਬ ਤੈਨੂੰ ਹਾਈ ਪ੍ਰੈਸ਼ਰ ਸਿਚੁਏਸ਼ਨ 'ਚ ਕੰਮ ਕਰਨਾ ਆ ਗਿਆ I never would have thought to write that down. Thank you. I guess I should start listening. Main ne decide kariya. Kehna I should start. Mainu ki shuru karna chahida hai? Listening to others more often. Mainu dooje lokan nu sunna chahida hai. Accurate ki hai. Listen to others. Ure likh rakha hai ki main ne decide kariya. Oh kehna I guess I should. Mainu aa karna chahida hai. Ki karna chahida hai? ਦੂਜਿਆਂ ਨੂੰ ਸੁਣਨਾ ਚਾਹੀਦਾ ਹੁਣ ਵਟ ਇਜ਼ ਦ ਮੇਨ ਐਟੀਟਿਊਡ ਆਫਟਰ ਡਿਸਕਸ਼ਨ ਉਹਦਾ ਐਟੀਟਿਊਡ ਕੀ ਹੈ ਡਿਸਕਸ਼ਨ ਤੋਂ ਬਾਅਦ ਉਹਨੇ ਹੀ ਥਿੰਕ ਇਟ ਇਜ਼ ਅ ਯੂਜ਼ਲੈਸ ਉਹਨੇ ਸੋਚਿਆ ਵੀ ਯੂਜ਼ਲੈਸ ਹੈ ਹੀ ਇਜ਼ ਲੁਕਿੰਗ ਟੂ ਫਾਰਵਰਡ ਟੂ ਇਟ ਉਹ ਇਹਤੇ ਅੱਗੇ ਹੋਰ ਕੰਮ ਕਰੇਗਾ ਹੀ ਫੀਲ ਅਨਸਰਟਨ ਉਹਨੂੰ ਇਹਦੇ ਬਾਰੇ ਕੁਝ ਕਲੀਅਰ ਨਹੀਂ ਹੈਗਾ ਯੂਜ਼ਲੈਸ ਹੈ ਲੁੱਕ ਫਾਰਵਰਡ ਕਰੇਗਾ ਜਾਂ ਉਹਦੇ ਲਈ ਅਨਸਰਟਨ ਹੈ ਤਿੰਨਾਂ ਚੋਂ ਕੀ ਹੈ
Annie, do you have any more questions, or are you ready to go back to the library? Yeah, I think I've got everything I need. Thank you very much, Professor Tomlinson. That was really helpful. I'm actually starting to look forward to writing this now, and it should be a really useful exercise to prepare us. ਮਤਲਬ ਕੀ ਹੈ ਹੁਣ ਕਹਿੰਦਾ ਮੇਰਾ ਆ ਖਤਮ ਹੋ ਗਿਆ ਮੈਂ ਹੁਣ ਲੁੱਕ ਫਾਰਵਰਡ ਹੀ ਦੇਖੂੰਗਾ ਇਸ ਚੀਜ਼ ਤੋਂ ਬਾਅਦ ਹੁਣ ਤੋਂ ਬਾਅਦ ਮੈਂ ਅੱਗੇ ਦਾ ਹੀ ਦੇਖੂੰਗਾ ਐਂਸਰ ਸਾਡਾ ਬੀ ਆਇਆ ਤੇ ਸਭ ਤੋਂ ਵਧੀਆ ਗੱਲ ਹੁਣ ਮੈਂ ਨੇ ਰਿਫਲੈਕਟਿਵ ਕੀ ਕੀਤਾ ਸੈਲਫ ਅਵੇਅਰਨੈਸ ਮਿਸਟੇਕ ਆਪਣੀਆਂ ਜਾਂ ਅਚੀਵਮੈਂਟ ਫਾਰ ਰਾਈਟਿੰਗ ਸੀਵੀਜ਼ ਐਂਡ ਅਪਲਾਈਂਗ ਫਾਰ ਜੌਬਸ ਇਟਸ ਸ਼ੌਕਿੰਗ ਹਾਊ ਬੈਡ ਆਈ ਐਮ ਐਟ ਆਈਡੈਂਟੀਫਾਈਂਗ ਮਾਈ ਸਟਰੈਂਥ ਮੈਂ ਹੁਣ ਸ਼ੌਕਿੰਗ ਆ ਕਿ ਕਿੰਨਾ ਜ਼ਿਆਦਾ ਬੁਰਾ ਮੈਂ ਆਪਣੀ ਸਟਰੈਂਥ ਦੱਸਣ 'ਚ ਇਹਨੇ ਆਪਣੀ ਕਿਹੜੀ ਚੀਜ਼ ਨੂੰ ਸਭ ਤੋਂ ਜ਼ਿਆਦਾ ਚੈੱਕ ਕੀਤਾ ਸੈਲਫ ਅਵੇਅਰਨੈਸ ਨੂੰ ਆਪਣੀਆਂ ਗਲਤੀਆਂ ਨੂੰ ਜਾਂ ਆਪਣੀ ਅਚੀਵਮੈਂਟ ਨੂੰ ਸਮ ਵੀਕਨੈਸਸ ਪ੍ਰੋਫੈਸਰ ਟੋਮਲਿਨਸਨ ਹੈਸ ਸ਼ੋਨ ਮੀ ਦੈਟ ਆਈ ਡੈਫੀਨਿਟਲੀ ਨੀਡ ਟੂ ਸਟਾਰਟ ਡਿਸਪਲੇਇੰਗ ਸਮ ਸੈਲਫ ਅਵੇਅਰਨੈਸ ਉਹਨੇ ਮੈਨੂੰ ਪੂਰਾ ਵਧੀਆ ਤਰੀਕੇ ਨਾਲ ਦਿਖਾਤਾ ਕਿ ਮੈਨੂੰ ਕੀ ਕਰਨਾ ਚਾਹੀਦਾ ਆਪਣੀ ਸੈਲਫ ਅਵੇਅਰਨੈਸ ਤੇ ਕੰਮ ਕਰਨਾ ਚਾਹੀਦਾ ਟੋਟਲ ਆਨਸਰ ਆ ਗਿਆ ਏ ਹੁਣ ਜੇ ਮੈਂ ਪੂਰਾ ਤੁਹਾਨੂੰ ਲਿਸਨਿੰਗ ਦਾ ਸਟਰਕਚਰ ਦੀ ਗੱਲ ਕਰਦਾ ਤਾਂ ਆਪਣੇ ਜਿਹੜੇ ਆਨਸਰਸ ਨੇ ਪਹਿਲਾ ਆਨਸਰ ਬੀ ਫਿਰ ਸੀ ਫਿਰ ਬੀ ਫਿਰ ਸੀ ਫਿਰ ਬੀ ਫਿਰ ਏ ਤੇ ਮੈਂ ਤੁਹਾਨੂੰ ਇਹ ਕਹਿਣਾ ਕਿ ਇਹ 6 ਜੇ ਤੁਸੀਂ ਤੁੱਕਾ ਮਾਰ ਕੇ ਕਰਕੇ ਆਉਂਦੇ ਤਾਂ ਮੈਨੂੰ ਨਹੀਂ ਲੱਗਦਾ ਇਹਨਾਂ ਇੱਕ ਵੀ ਸਹੀ ਜਾਂਦਾ ਜਿੰਨੇ ਵੀ ਬੱਚੇ ਇਸ ਕਲਾਸ 'ਚ ਬੈਠੇ ਆ ਸਿੱਖ ਰਹੇ ਆ ਜਿਹਨੇ ਹੁਣ ਤੱਕ ਦੀ ਕਲਾਸ ਲਾ ਲਈ ਨਾ ਤਾਂ ਉਹ ਇਹ ਗੱਲ ਨੂੰ ਫਾਈਨਲ ਸਮਝ ਲਏ ਕਿ ਲਿਸਨਿੰਗ ਮੈਂ ਇੰਨੇ ਸੌਖੇ ਤਰੀਕੇ ਨਾਲ ਪੜ੍ਹਾ ਦੇਣਾ ਤੇ ਸਭ ਤੋਂ ਵਧੀਆ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੰਨੇ ਵੀ ਸਟੂਡੈਂਟ ਨੇ ਮੇਰੀ IELTS ਦੀ ਇੱਕ ਬੁੱਕ ਲਾਂਚ ਹੋਈ ਹੈ IELTS ਬੁੱਕ ਲਾਂਚ ਹੋਈ ਹੈ ਤੇ ਜੇ ਤੁਸੀਂ ਉਸ ਬੁੱਕ ਨੂੰ ਦੇਖਣਾ ਚਾਹੁੰਦੇ ਹੋ ਹਾਂ ਉਹਦਾ ਜਿਹੜਾ ਸਟਰਕਚਰ ਹੈ ਮਾਰਚ ਅਪ੍ਰੈਲ ਮੇ ਤੇ ਜੂਨ ਇਹ 4 ਮਹੀਨੇ ਉਹਦੇ 'ਚ ਤੁਹਾਨੂੰ ਟੋਪਿਕਸ ਨੇ ਜਿਹੜੇ ਅਪਰੋਕਸੀਮੇਟਲੀ ਮਿਲ ਜਾਣਗੇ ਤੇ ਤੁਸੀਂ ਉਹ ਬੁੱਕ ਦੇਖਣੀ ਹੈ ਤਾਂ ਆਹ ਦੇਖੋ ਆ ਰਹੀ ਬੁੱਕ ਰਮਨ IELTS ਚੈਨਲ ਦੇ ਉੱਤੇ ਜਾਓਗੇ ਤਾਂ ਤੁਸੀਂ ਰਮਨ IELTS ਦੀ ਰਾਈਟਿੰਗ ਬੁੱਕ ਸਰਚ ਕਰਨੀ ਹੋ ਤੁਹਾਨੂੰ ਸਾਰੀ ਡਿਟੇਲ ਮਿਲ ਜੂਗੀ ਸਭ ਤੋਂ ਬੈਸਟ ਐਕਸਪੀਰੀਅੰਸ ਹੋਏਗਾ ਤੇ ਮੈਂ ਤੁਹਾਨੂੰ ਕਹਿੰਦਾ ਇੱਕ ਵਾਰ ਵੀਡੀਓ ਦੇਖ ਲਓ ਮੇਰੀ ਬੁੱਕ ਦੀ ਇਦੂ ਬਾਅਦ ਤੁਸੀਂ ਸਿਸਟਮ ਹੈਂਗ ਹੋ ਜਾਣਾ ਤੇ ਜੇ ਤੁਹਾਡੇ ਚੋਂ ਕਿਸੇ ਬੱਚੇ ਨੇ 9988778966 ਮੇਰੇ ਕੋਲ ਆਨਲਾਈਨ ਕਲਾਸਿਸ ਲਾਉਣੀਆਂ ਨੇ ਉਹ ਵੀ ਲਾ ਸਕਦੇ ਹੋ ਤੇ ਤੁਸੀਂ ਮੇਰੀ ਬੇਬੀ ਕੋਡ IELTS ਐਪਲੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ ਇਸ ਐਪਲੀਕੇਸ਼ਨ ਦੇ ਉੱਤੇ ਤੁਹਾਨੂੰ ਮਿਲੇਗਾ ਸਾਰੇ ਮੋਡਿਊਲਸ ਦਾ ਐਕਸੈਸ ਘਰੇ ਬੈਠੇ IELTS ਕਲੀਅਰ ਕਰਨ ਦਾ ਮੌਕਾ ਤੇ ਸਭ ਤੋਂ ਚੰਗੀ ਗੱਲ ਹੈ ਮੇਰੇ ਜਿੰਨੇ ਵੀ ਸਟੂਡੈਂਟ ਨੇ ਉਹ ਸਾਰੇ ਇਸ ਐਪਲੀਕੇਸ਼ਨ 'ਤੇ ਪ੍ਰੈਕਟਿਸ ਕਰਦੇ ਆ ਮੇਰਾ ਪ੍ਰੋਮੋ ਭੁੱਲੀਓ ਨਾ ਰਮਨ 777 ਇਸ ਐਪਲੀਕੇਸ਼ਨ ਤੇ ਤੁਸੀਂ ਸਪੀਕਿੰਗ ਕਰ ਸਕਦੇ ਹੋ ਆਪਣੇ ਬੈਂਡ ਸਕੋਰ ਦੇਖ ਸਕਦੇ ਹੋ ਮਿਸਟੇਕ ਇੱਕ ਪਰਸਨਲ ਟ੍ਰੇਨਰ ਦਾ ਕੰਮ ਕਰੇਗੀ ਰਾਈਟਿੰਗ ਦੀ ਮੇਰੀ ਬੁੱਕ ਵੀ ਇਸ ਐਪਲੀਕੇਸ਼ਨ ਤੇ ਮਿਲੇਗੀ ਰੀਡਿੰਗਸ ਵੀ ਬਹੁਤ ਪਈਆਂ ਨੇ ਤੇ ਲਿਸਨਿੰਗ ਵਿਦਆਊਟ ਐਡ ਪਈ ਹੈ ਤੇ ਅੱਜ ਦੀ ਲਿਸਨਿੰਗ ਕਿਵੇਂ ਲੱਗੀ ਕਮੈਂਟ 'ਚ ਜ਼ਰੂਰ ਦੱਸਿਓ ਥੈਂਕ ਯੂ ਵੈਰੀ ਮੱਚ ਮਿਲਾਂਗੇ ਨਵੇਂ ਵੀਡੀਓ ਦੇ ਨਾਲ ਲਵ ਯੂ ਸਾਰਿਆਂ ਨੂੰ ਟੇਕ ਕੇਅਰ ਗੁੱਡ ਬਾਏ ਥੈਂਕ ਯੂ